ਸਾਸ਼ੀਕਾਲ ਜੀ ਕਈ ਵਾਰੀ ਨਾ ਛੋਟੀ ਛੋਟੀ ਗੱਲਾਂ ਸਾਨੂੰ ਇੰਨਾ ਕੁਝ ਸਿਖਾ ਜਾਂਦੀਆਂ ਨੇ ਇਸ ਲਈ ਜੀ ਵਧੀਆ ਵਧੀਆ ਗੱਲਾਂ ਤੇ ਵਧੀਆ ਵਧੀਆ ਕਹਾਣੀਆਂ ਲੈ ਕੇ ਹਾਜ਼ਰ ਹੋਣੀਆਂ ਜੀ ਤੁਹਾਡੇ ਲਈ ਤੁਹਾਡੀ ਦੋਸਤ ਯੈਸ ਟੀਵੀ ਤੇ ਆਓ ਜੀ ਇੱਕ ਨਵੀਂ ਸਟੋਰੀ ਦੇ ਨਾਲ ਫਿਰ ਤੋਂ ਇੱਕ ਨਵੀਂ ਸ਼ੁਰੂਆਤ ਕਰਨੇ ਆ ਤੇ ਅੱਜ ਦੀ ਸਾਡੀ ਜਿਹੜੀ ਸਟੋਰੀ ਹੈ ਉਹਦਾ ਨਾਂ ਕੀ ਹੈ ਮੈਂ ਤੁਹਾਨੂੰ ਦੱਸਦੀ ਹਾਂ ਜੀ ਉਹਦਾ ਨਾਂ ਹੈਗਾ ਵੇ ਸ਼ਾਰਕ ਔਰ ਚਾਰਾ ਮੱਛੀਆਂ ਜੀ ਇੱਕ ਵਾਰ ਦੀ ਗੱਲ ਹੈ ਇੱਕ ਵਾਰੀ ਕੀ ਹੋਇਆ ਇੱਕ ਆਦਮੀ ਨੇ ਨਾ ਇੱਕ ਵੱਡੇ ਟੈਂਕ ਦੇ ਵਿੱਚ ਨਾ ਇੰਨਾ ਸਾਰਾ ਪਾਣੀ ਪਾਇਆ ਪਾਣੀ ਪਾ ਕੇ ਨਾ ਉਹਦੇ ਵਿੱਚ ਇੱਕ ਸ਼ਾਰਕ ਛੱਡ ਦਿੱਤੀ ਜਦੋਂ ਉਹਨੇ ਸ਼ਾਰਕ ਛੱਡੀ ਥੋੜੇ ਟਾਈਮ ਬਾਅਦ ਉਹਨੇ ਚਾਰਾ ਮੱਛੀਆਂ ਦਾ ਉਹਨੂੰ ਪਾਇਆ ਜਦੋਂ ਮੱਛੀਆਂ ਉਹਦੇ ਪਾਣੀ ਦੇ ਵਿੱਚ ਗਈਆਂ ਤੇ ਸ਼ਾਰਕ ਨੇ ਚਪਟਾ ਮਾਰ ਕੇ ਸਾਰੀ ਦੀ ਸਾਰੀ ਖਾ ਲਈਆਂ ਥੋੜੇ ਟਾਈਮ ਬਾਅਦ ਜਦੋਂ ਆਦਮੀ ਨੇ ਦੇਖਿਆ ਕਿ ਉਹਨੇ ਸਾਰੀਆਂ ਖਾ ਲਈਆਂ ਫਿਰ ਉਹਨੇ ਚਾਰਾ ਜਿਹੜਾ ਇਹ ਮੱਛੀਆਂ ਦਾ ਫਿਰ ਦੁਬਾਰਾ ਉਹਦੇ ਵਿੱਚ ਪਾਇਆ ਉਹ ਸ਼ਾਰਕ ਨੇ ਉਹ ਸਾਰਾ ਫਿਰ ਦੁਬਾਰਾ ਖਾ ਲਿਆ ਤੇ ਫਿਰ ਇੱਕ ਵਾਰ ਉਹ ਆਦਮੀ ਨੇ ਸੋਚਿਆ ਉਹਨੇ ਕੀ ਕੀਤਾ ਉਹਨੇ ਨਾ ਉਸ ਟੈਂਕ ਦੇ ਵਿੱਚ ਨਾ ਪਾਰਦਰਸ਼ੀ ਸ਼ੀਸ਼ਾ ਲਗਾ ਦਿੱਤਾ ਯਾਨੀ ਕਿ ਜੇ ਟੈਂਕ ਸੀ ਉਹਦੇ ਵਿਚਕਾਰ ਉਹਨਾਂ ਨੇ ਪਾਰਦਰਸ਼ੀ ਸ਼ੀਸ਼ਾ ਲਗਾ ਦਿੱਤਾ ਤੇ ਜੀ ਪਾਰਦਰਸ਼ੀ ਸ਼ੀਸ਼ੇ ਦੇ ਇੱਕ ਪਾਸੇ ਤੇ ਸ਼ਾਰਕ ਸੀ ਤੇ ਦੂਜੇ ਪਾਸੇ ਉਹਨੇ ਮੱਛੀਆਂ ਦਾ ਚਾਰਾ ਪਾ ਦਿੱਤਾ ਜਦੋਂ ਸ਼ਾਰਕ ਨੇ ਵੇਖਿਆ ਕਿ ਮੱਛੀਆਂ ਦਾ ਚਾਰਾ ਫੇਰ ਆ ਗਿਆ ਜਿਵੇਂ ਉਹ ਚਪਟਾ ਮਾਰਨ ਲੱਗੀ ਉਹਨੇ ਦੇਖਿਆ ਕੱਚ ਉਹਨੇ ਇੱਕਦਮ ਜਿਵੇਂ ਮਾਰਨ ਲੱਗੀ ਉਹ ਨਹੀਂ ਮਾਰ ਸਕੀ ਕਿਉਂਕਿ ਰਸਤੇ ਦੇ ਵਿੱਚ ਕੀ ਸੀ ਕੱਚ ਸੀ ਉਹ ਨਹੀਂ ਮਾਰ ਪਾਈ ਉਹਨੇ ਬਹੁਤ ਟਰਾਈ ਕੀਤਾ ਬਹੁਤ ਵਾਰੀ ਉਹਨੇ ਚਪਟੇ ਮਾਰੇ ਲੇਕਿਨ ਉਹ ਨਹੀਂ ਮਾਰ ਪਾਈ ਹਾਰ ਕੇ ਨਾ ਉਹ ਨਾ ਬੈਠ ਗਈ ਸਾਈਡ 'ਤੇ ਉਹਨੇ ਸੋਚ ਲਿਆ ਕਿ ਵੀ ਮੈਂ ਹੁਣ ਨਹੀਂ ਕਰ ਸਕਦੀ ਬਸ ਉਹ ਆਪਣੇ ਜਿੰਨਾ ਦਾ ਪਾਣੀ ਹੈਗਾ ਸੀ ਬਸ ਉਸੀ 'ਚ ਖੁਸ਼ ਉਸੀ 'ਚ ਘੁੰਮੀ ਜਾਏ ਉਹ ਮੱਛੀਆਂ ਵੱਲ ਜਾਏ ਨਾ ਤੇ ਉਸ ਦਿਨ ਇੱਕ ਦਿਨ ਕੀ ਹੋਇਆ ਜੀ ਉਸ ਆਦਮੀ ਨੇ ਉਹ ਜਿਹੜਾ ਸ਼ੀਸ਼ਾ ਸੀ ਪਾਰਦਰਸ਼ੀ ਸ਼ੀਸ਼ਾ ਉਹ ਵਿੱਚੋਂ ਕੱਢ ਦਿੱਤਾ ਤੇ ਸ਼ਾਰਕ ਨੂੰ ਸੀ ਕਿ ਮੈਂ ਨਹੀਂ ਕਰ ਸਕਦੀ ਉਹ ਮੱਛੀਆਂ ਆਪਣੇ ਆਰਾਮ ਨਾਲ ਘੁੰਮ ਰਹੀਆਂ ਸ਼ਾਰਕ ਦੇ ਮਨ 'ਚ ਸੀ ਕਿ ਮੈਂ ਇੰਨੀ ਵਾਰੀ ਟਰਾਈ ਕੀਤਾ ਵੇ ਹੁਣ ਵੀ ਮੈਂ ਕਿੱਥੇ ਕਰ ਪਾਵਾਂਗੀ ਉਹ ਆਪਣੇ ਉਹਦੇ ਉਨੇ ਪਾਣੀ ਦੇ ਵਿੱਚ ਘੁੰਮੀ ਜਾ ਮੱਛੀਆਂ ਵੱਲ ਉਹਨੇ ਵੇਖਿਆ ਵੀ ਨਹੀਂ ਕਿ ਜੀ ਉਹਨੇ ਆਪਣੇ ਮਨ ਵਿੱਚ ਇਹ ਠਾਣ ਲਿੱਤਾ ਸੀ ਕਿ ਮੈਂ ਨਹੀਂ ਕਰ ਸਕਦੀ ਮੈਂ ਇੰਨੀ ਵਾਰੀ ਕੋਸ਼ਿਸ਼ ਕਰ ਲਈ ਮੈਂ ਉਹਨਾਂ ਤੱਕ ਨਹੀਂ ਪਹੁੰਚ ਸਕੀ ਤੇ ਹੁਣ ਕਿਵੇਂ ਪਹੁੰਚਾਂਗੀ ਉਹਨੇ ਟਰਾਈ ਕਰਨੀ ਛੱਡ ਦਿੱਤੀ ਕੀ ਪਤਾ ਹੁਣ ਉਹ ਟਰਾਈ ਕਰਦੀ ਤੇ ਉਹ ਮੱਛੀਆਂ ਦੇ ਚਾਰੇ ਤੱਕ ਪਹੁੰਚ ਜਾਂਦੀ ਲੇਕਿਨ ਉਹਨੇ ਆਪਣੇ ਮਨ ਵਿੱਚ ਇੱਕ ਗੜ ਲਿਆ ਸੀ ਕਿ ਨਹੀਂ ਹੁਣ ਮੈਂ ਨਹੀਂ ਕਰ ਸਕਦੀ ਤੇ ਦੋਸਤੋ ਉਹਦੇ ਨਾਲ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਜੀਵਨ ਦੇ ਵਿੱਚ ਨਾ ਕਈ ਵਾਰੀ ਆਪਾਂ ਇੰਨੇ ਟੁੱਟ ਜਾਂਦੇ ਹਾਂ ਕਿਉਂਕਿ ਅਸਫਲਤਾ ਹੀ ਸਾਡੇ ਪੱਲੇ ਲੱਗਦੀ ਹੈ ਤੇ ਆਪਾਂ ਇੰਨੇ ਟੁੱਟ ਜਾਂਦੇ ਹਾਂ ਕਿ ਸੋਚ ਲੈਂਦੇ ਹਾਂ ਕਿ ਆਪਾਂ ਕਦੀ ਵੀ ਨਾ ਸਫਲ ਨਹੀਂ ਹੋਵਾਂਗੇ ਤੇ ਆਪਾਂ ਆਪਣੇ ਮਨ ਵਿੱਚ ਇਹ ਗੜ ਲੈਂਦੇ ਹਾਂ ਕਿ ਨਾ ਬਈ ਹੁਣ ਆਪਾਂ ਸਫਲ ਨਹੀਂ ਹੋ ਸਕਦੇ ਜੀ ਮੈਂ ਕਹਿਣਾ ਚਾਹਾਂਗੀ ਜੇਕਰ ਆਪਾਂ ਆਪਣੇ ਮਨ ਵਿੱਚ ਇੱਕ ਵਾਰੀ ਇਹ ਵਿਚਾਰ ਪਾ ਲਿਆ ਨਾ ਕਿ ਆਪਾਂ ਸਫਲ ਨਹੀਂ ਹੋ ਸਕਦੇ ਫਿਰ ਤੁਸੀਂ ਸੱਚੀ ਨਹੀਂ ਹੋ ਪਾਵੋਗੇ ਇਸ ਲਈ ਮਨ ਵਿੱਚ ਕਦੀ ਵੀ ਇਹ ਹਾਵੀ ਨਾ ਹੋਣ ਦਿਓ ਕਿ ਆਪਾਂ ਇਹ ਨਹੀਂ ਕਰ ਸਕਦੇ ਕਹੋ ਕਿ ਆਪਾਂ ਕਰ ਸਕਦੇ ਹਾਂ ਫਿਰ ਵੇਖਣਾ ਕਿ ਕਿਵੇਂ ਸਫਲਤਾ ਤੁਹਾਡੇ ਕਦਮ ਚੁੰਮੇਗੀ ਤੇ ਇਸੇ ਦੇ ਨਾਲ ਜੀ ਮਨਪ੍ਰੀਤ ਤੋਂ ਦਵੋ ਇਜਾਜ਼ਤ ਤੁਸੀਂ ਵੇਖਦੇ ਰਹੋ ਯੈਸ ਟੀਵੀ ਫਿਰ ਮਿਲਾਂਗੇ ਜੀ ਇੱਕ ਨਵੀਂ ਕਹਾਣੀ ਦੇ ਨਾਲ।